ਮੋਹਾਲੀ ਦੇ ਫੇਸ 8B ਇੰਡਸਟਰੀ ਏਰੀਆ ਵਿਖੇ ਅੱਗ ਲੱਗੀ, ਜਿੱਥੇ ਕਿ ਮਿਲਕ ਦੀ ਪੈਕਿੰਗ ਜਿਹੜੀ ਇੱਥੇ ਹੁੰਦੀ ਹੋਈ ਨਜ਼ਰ ਅਤੇ ਡੈਰੀ ਪ੍ਰੋਡਕਟ ਜਿਹੜੇ ਇੱਥੇ ਬਣਦੇ ਹੋਏ ਨਜ਼ਰ ਆਉਂਦੇ ਸੀ। ਦੇਖੋ ਤੁਸੀਂ ਕਰੋਨ ਮਿਲਕ ਸਪੈਸ਼ਲਿਸਟ ਪ੍ਰਾਈਵੇਟ ਲਿਮਿਟਡ ਜਿਹੜੀ ਹੈ C169 ਜਿਹੜੀ ਫੈਕਟਰੀ ਹੈ ਉਹਦੇ ਵਿੱਚ ਜਿਹੜਾ ਉੱਪਰ ਸਟੋਰ ਦੇ ਵਿੱਚ ਅੱਗ ਲੱਗੀ ਦੱਸੀ ਜਾ ਰਹੀ ਹੈ। ਹਾਲਾਂਕਿ ਅਗਰ ਫਾਇਰ ਬ੍ਰਿਗੇਡ ਦੀ ਗੱਲ ਕੀਤੀ ਤਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਪੂਰਨ ਤੌਰ 'ਤੇ ਜਿਹੜੀ ਹੈ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਲਗਾਤਾਰ ਜਾਰੀ ਹੈ। ਲਗਾਤਾਰ 15 ਤੋਂ 20 ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਇੱਥੇ ਪਹੁੰਚ ਚੁੱਕੀਆਂ ਨੇ। ਹਾਲਾਂਕਿ ਦੇਖੋ ਤੁਸੀਂ ਦੋਨੋਂ ਪਾਸੋਂ ਦੀ ਜਿਹੜੀਆਂ ਨੇ ਇਹ ਗੱਡੀਆਂ ਲੱਗੀਆਂ ਹੋਈਆਂ, ਇੱਕ ਪਾਸੇ ਤਾਂ ਇਸ ਸਾਈਡ ਜਿਹੜੀ ਗੱਡੀ ਖੜ੍ਹੀ ਹੈ ਉੱਧਰੋਂ ਵੀ ਪਾਣੀ ਜਿਹੜਾ ਉੱਪਰ ਭੇਜਿਆ ਜਾ ਰਿਹਾ ਫਾਇਰ ਜਿਹੜੀ ਆ ਰੋਕਣ ਦੀ ਕੋਸ਼ਿਸ਼ ਕੀਤੀ, ਅਤੇ ਦੂਸਰੇ ਪਾਸੇ ਇੱਧਰ ਵੀ ਇੱਕ ਗੱਡੀ ਜਿਹੜੀ ਖੜ੍ਹੀ ਆ ਉਹ ਪੂਰਨ ਤੌਰ 'ਤੇ ਪਾਣੀ ਉੱਪਰ ਨੂੰ ਜਿਹੜੀ ਭੇਜਦੀ ਹੋਈ ਨਜ਼ਰ ਆ ਰਹੀ ਅਤੇ ਅੱਗ ਬੁਝਾਉਂਦੀ ਹੋਈ ਨਜ਼ਰ ਆਈ। ਹਾਲਾਂਕਿ ਇਹ ਜਿਹੜਾ ਉੱਪਰ ਦੀ ਮੰਜ਼ਿਲ ਦੀ ਗੱਲ ਕਰਦਾ ਉੱਪਰਲੀ ਮੰਜ਼ਿਲ ਦੇ ਵਿੱਚ ਪੂਰਨ ਤੌਰ 'ਤੇ ਜਿਹੜੇ ਵੈਂਟੀਲੇਸ਼ਨ ਹੈ ਉਹ ਨਹੀਂ ਹੁੰਦੀ, ਉਹਦੀ ਖਿੜਕੀਆਂ ਜਿਹੜੀਆਂ ਨੇ ਉਹ ਪੂਰਨ ਤੌਰ 'ਤੇ ਬੰਦ ਸੀਗੀਆਂ, ਤਾਂ ਜਿਸ ਦੇ ਚੱਲਦਿਆਂ ਅੱਗ ਜਿਹੜੀ ਆ ਵੱਧਦੀ ਹੋਈ ਨਜ਼ਰ ਆਈ। ਅਤੇ ਪਲਾਸਟਿਕ ਦਾ ਪ੍ਰੋਡਕਟ ਕਿਹਾ ਜਾ ਰਿਹਾ ਕਿ ਪਲਾਸਟਿਕ ਦਾ ਪ੍ਰੋਡਕਟ ਜਿਹੜਾ ਪ੍ਰੋਡਕਟ ਜਿਹੜਾ ਉੱਪਰ ਸੀਗਾ ਤਾਂ ਕਿਤੇ ਨਾ ਕਿਤੇ ਲਗਾਤਾਰ ਦੇਖੋ ਤੁਸੀਂ ਪਲਾਸਟਿਕ ਪ੍ਰੋਡਕਟ ਨੂੰ ਅੱਗ ਜਿਹੜੀ ਆ ਉਹਦੇ ਉੱਤੇ ਕਾਬੂ ਜਿਹੜਾ ਪਾਉਣ ਦੀ ਕੋਸ਼ਿਸ਼ ਜਿਹੜੀ ਪੂਰਨ ਤੌਰ 'ਤੇ ਕੀਤੀ ਜਾਂਦੀ ਹੈ। ਅਤੇ ਉੱਪਰੋਂ ਦੇਖੋ ਐਗਜ਼ੋਸਟ ਫੈਨ ਜਿਹੜੇ ਲਗਾਏ ਗਏ, ਦੂਸਰੇ ਪਾਸੇ ਸ਼ੀਸ਼ੇ ਪੂਰਨ ਤੌਰ 'ਤੇ ਉੱਪਰੋਂ ਤੋੜੇ ਗਏ ਨੇ ਤਾਂ ਕਿ ਜਿਹੜੀ ਹੈ ਐਗਜ਼ੋਸਟ ਜਿਹੜੀ ਹਵਾ ਅੰਦਰੋਂ ਦੀ ਧੂੰਆਂ ਜਿਹੜਾ ਅੰਦਰੋਂ ਨਿਕਲਦਾ ਹੋਇਆ ਨਜ਼ਰ ਆ ਸਕੇ। ਹਾਲਾਂਕਿ ਦੇਖੋ ਪੂਰਨ ਤੌਰ 'ਤੇ ਫਲੋਰ ਦੇ ਉੱਪਰ ਪਾਣੀ ਜਿਹੜਾ ਉਹ ਹੋ ਚੁੱਕਿਆ, ਅਤੇ ਜ਼ਰੂਰ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਜਿਹੜੇ ਨੇ ਉਹ ਪੂਰਨ ਤੌਰ 'ਤੇ ਇਸਦੇ ਕਾਬੂ ਪਾਉਂਦੇ ਹੋਏ ਨਜ਼ਰ ਆ ਰਹੇ ਨੇ। ਕਾਬੂ ਪਾਉਣ ਦੀ ਪੂਰੀ ਤਰ੍ਹਾਂ ਕੋਸ਼ਿਸ਼ ਕੀਤੀ ਜਾ ਰਹੀ ਹੈ, ਪੱਖੇ ਜਿਹੜੇ ਨੇ ਐਗਜ਼ੋਸਟ ਫੈਨ ਜਿਹੜੇ ਉਹ ਲਗਾਏ ਜਾ ਰਹੇ ਨੇ, ਅਤੇ ਫਾਇਰ ਦੇ ਕਰਮਚਾਰੀ ਸਾਡੇ ਨਾਲ ਨੇ। ਬਾਈ ਜੀ ਤਾਂ ਜ਼ਰੂਰ ਦੇਖੋ ਤੁਸੀਂ, ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿਉਂਕਿ ਲਗਾਤਾਰ ਜਿਹੜੀ ਉੱਪਰੋਂ ਦੀ ਧੂੰਆਂ ਜਿਹੜਾ ਹਜੇ ਵੀ ਉਸੇ ਤਰ੍ਹਾਂ ਜਿਹੜਾ ਨਿਕਲਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਲਗਾਤਾਰ। ਤਾਂ ਬਾਈ ਜੀ ਅਗਰ ਆਪਾਂ ਅੱਗ ਦੀ ਗੱਲ ਕਰੀਏ ਤਾਂ ਕਦੋਂ ਲੱਗੀ, ਕਿੰਨਾ ਕਾਬੂ ਪਾਇਆ ਗਿਆ? ਸਰ 80% ਅੱਗ 'ਤੇ ਤਾਂ ਕਾਬੂ ਹੈ ਹੁਣ ਤੱਕ, ਬਾਕੀ ਗੱਡੀਆਂ ਆ ਰਹੀਆਂ ਰਿਫਲ ਹੋ ਕੇ ਦੁਬਾਰੇ ਜਾ ਰਹੀਆਂ ਦਫ਼ਤਰ 'ਤੇ ਵਾਪਸ ਆ ਰਹੀਆਂ ਗੱਡੀਆਂ। ਕਿੰਨੀਆਂ ਗੱਡੀਆਂ ਹੁਣ ਤੱਕ ਲੱਗ ਚੁੱਕੀਆਂ? ਸਰ ਰਾਤ 24-25 ਗੱਡੀਆਂ ਰਾਤ ਲੱਗ ਗਈਆਂ ਸੀਗੀਆਂ, 12-13 ਗੱਡੀ ਹੁਣ ਗਈ ਹੈ ਜੀ ਲਗਭਗ। ਹਾਂਜੀ ਹਾਂਜੀ ਮਤਲਬ ਅਸੀਂ ਗੱਲ, ਹਾਲਾਂਕਿ ਪੂਰਨ ਤੌਰ 'ਤੇ ਗੱਲ ਕੀਤੀ ਤਾਂ ਦੇਖੋ ਧੂੰਆਂ ਹਜੇ ਤੱਕ ਉਸੇ ਤਰ੍ਹਾਂ ਜੇਕਰ ਦੇਖਿਆ ਜਾਵੇ ਤਾਂ ਜਿਵੇਂ ਐਵੇਂ ਲੱਗ ਰਿਹਾ ਕਿ ਹਜੇ ਵੀ ਅੰਦਰ ਅੱਗ ਜਿਹੜੀ ਆ ਉਹ ਮੌਜੂਦ ਹੈ, ਅੱਗ ਜਿਹੜੀ ਹੈ ਉਹਦੇ ਉੱਤੇ ਕਾਬੂ ਪਾਉਣਾ ਹਜੇ ਤੱਕ ਪੂਰਨ ਤੌਰ 'ਤੇ ਨਹੀਂ ਹੋ ਪਾਇਆ। ਹਾਲਾਂਕਿ ਜੇਕਰ ਕਰਮਚਾਰੀ ਦੀ ਗੱਲ ਕਰੀਏ ਤਾਂ ਕਰਮਚਾਰੀ ਪੂਰਨ ਤੌਰ 'ਤੇ ਕਾਬੂ ਪਾਉਣ ਦੇ ਵਿੱਚ ਲੱਗੇ ਹੋਏ, ਅਤੇ 50 ਦੇ ਕਰੀਬ ਜਿਹੜੀਆਂ ਗੱਡੀਆਂ ਨੇ ਹੁਣ ਤੱਕ ਇੱਥੇ ਪਹੁੰਚ ਚੁੱਕੇ ਨੇ, ਹੋਰ ਵੀ ਗੱਡੀਆਂ ਜਿਹੜੀਆਂ ਨੇ ਰਿਫਿਲ ਹੋ ਕੇ ਨਾਲ ਦੇ ਨਾਲ ਆ ਰਹੀਆਂ ਨੇ ਤਾਂ ਕਿ ਅੱਗ ਦੇ ਉੱਤੇ ਜਲਦ ਤੋਂ ਜਲਦ ਜਿਹੜਾ ਕਾਬੂ ਪਾਇਆ ਜਾ ਸਕੇ। ਮੋਹਾਲੀ ਦਾ ਵੱਡਾ ਜਰਨਲਿਸਟ ਗੁਰਪ੍ਰੀਤ ਸਿੰਘ ਦੇ ਨਾਲ ਸੰਦੀਪ ਸਿੰਘ, ਅਜੀਤ ਵੈਬ TV। ਮੋਹਾਲੀ ਦੇ ਫੇਸ 8B ਇੰਡਸਟਰੀ ਏਰੀਆ ਵਿਖੇ ਅੱਗ ਲੱਗੀ, ਜਿੱਥੇ ਕਿ ਮਿਲਕ ਦੀ ਪੈਕਿੰਗ ਜਿਹੜੀ ਇੱਥੇ ਹੁੰਦੀ ਹੋਈ ਨਜ਼ਰ ਆਈ ਅਤੇ ਡੈਰੀ ਪ੍ਰੋਡਕਟ ਜਿਹੜੇ ਇੱਥੇ ਬਣਦੇ ਹੋਏ ਨਜ਼ਰ ਆਉਂਦੇ ਸੀ। ਦੇਖੋ ਤੁਸੀਂ ਕਰੋਨ ਮਿਲਕ ਸਪੈਸ਼ਲਿਸਟ ਪ੍ਰਾਈਵੇਟ ਲਿਮਿਟਡ ਜਿਹੜੀ ਹੈ C169 ਜਿਹੜੀ ਫੈਕਟਰੀ ਹੈ ਉਹਦੇ ਵਿੱਚ ਜਿਹੜਾ ਉੱਪਰ ਸਟੋਰ ਦੇ ਵਿੱਚ ਅੱਗ ਲੱਗੀ ਦੱਸੀ ਜਾ ਰਹੀ ਹੈ। ਹਾਲਾਂਕਿ ਅਗਰ ਫਾਇਰ ਬ੍ਰਿਗੇਡ ਦੀ ਗੱਲ ਕੀਤੀ ਤਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਪੂਰਨ ਤੌਰ 'ਤੇ ਜਿਹੜੀ ਹੈ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਲਗਾਤਾਰ ਜਾਰੀ ਹੈ। ਲਗਾਤਾਰ 15-20 ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਇੱਥੇ ਪਹੁੰਚ ਚੁੱਕੀਆਂ ਨੇ। ਹਾਲਾਂਕਿ ਦੇਖੋ ਤੁਸੀਂ ਦੋਨੋਂ ਪਾਸੋਂ ਦੀ ਜਿਹੜੀਆਂ ਨੇ ਇਹ ਗੱਡੀਆਂ ਲੱਗੀਆਂ ਹੋਈਆਂ, ਇੱਕ ਪਾਸੇ ਤਾਂ ਇਸ ਸਾਈਡ ਜਿਹੜੀ ਗੱਡੀ ਖੜ੍ਹੀ ਹੈ ਉੱਧਰੋਂ ਵੀ ਪਾਣੀ ਜਿਹੜਾ ਉੱਪਰ ਭੇਜਿਆ ਜਾ ਰਿਹਾ ਫਾਇਰ ਜਿਹੜੀ ਆ ਰੋਕਣ ਦੀ ਕੋਸ਼ਿਸ਼ ਕੀਤੀ, ਅਤੇ ਦੂਸਰੇ ਪਾਸੇ ਇੱਧਰ ਵੀ ਇੱਕ ਗੱਡੀ ਜਿਹੜੀ ਖੜ੍ਹੀ ਆ ਉਹ ਪੂਰਨ ਤੌਰ 'ਤੇ ਪਾਣੀ ਉੱਪਰ ਨੂੰ ਜਿਹੜੀ ਭੇਜਦੀ ਹੋਈ ਨਜ਼ਰ ਆ ਰਹੀ ਅਤੇ ਅੱਗ ਬੁਝਾਉਂਦੀ ਹੋਈ ਨਜ਼ਰ ਆਈ। ਹਾਲਾਂਕਿ ਇਹ ਜਿਹੜਾ ਉੱਪਰ ਦੀ ਮੰਜ਼ਿਲ ਦੀ ਗੱਲ ਕਰਦਾ ਉੱਪਰਲੀ ਮੰਜ਼ਿਲ ਦੇ ਵਿੱਚ ਪੂਰਨ ਤੌਰ 'ਤੇ ਜਿਹੜੇ ਵੈਂਟੀਲੇਸ਼ਨ ਹੈ ਉਹ ਨਹੀਂ ਹੁੰਦੀ, ਉਹਦੀ ਖਿੜਕੀਆਂ ਜਿਹੜੇ ਨੇ ਉਹ ਪੂਰਨ ਤੌਰ 'ਤੇ ਬੰਦ ਸੀਗੀਆਂ, ਤਾਂ ਜਿਸ ਦੇ ਚੱਲਦਿਆਂ ਅੱਗ ਜਿਹੜੀ ਆ ਵੱਧਦੀ ਹੋਈ ਨਜ਼ਰ ਆਈ। ਅਤੇ ਪਲਾਸਟਿਕ ਦਾ ਪ੍ਰੋਡਕਟ ਕਿਹਾ ਜਾ ਰਿਹਾ
ਕਿ ਪਲਾਸਟਿਕ ਦਾ ਪ੍ਰੋਡਕਟ ਜਿਹੜਾ ਉੱਪਰ ਸੀਗਾ ਤਾਂ ਕਿਤੇ ਨਾ ਕਿਤੇ ਲਗਾਤਾਰ ਦੇਖੋ ਤੁਸੀਂ ਪਲਾਸਟਿਕ ਪ੍ਰੋਡਕਟ ਨੂੰ ਅੱਗ ਜਿਹੜੀ ਹੈ ਉਹਦੇ ਉੱਤੇ ਕਾਬੂ ਜਿਹੜਾ ਪਾਉਣ ਦੀ ਕੋਸ਼ਿਸ਼ ਜਿਹੜੀ ਪੂਰਨ ਤੌਰ 'ਤੇ ਕੀਤੀ ਜਾਂਦੀ ਹੈ ਅਤੇ ਉੱਪਰੋਂ ਦੇਖੋ ਐਗਜ਼ੋਸਟ ਫੈਨ ਜਿਹੜੇ ਲਗਾਏ ਗਏ ਅਤੇ ਦੂਸਰੇ ਪਾਸੇ ਸ਼ੀਸ਼ੇ ਪੂਰਨ ਤੌਰ 'ਤੇ ਉੱਪਰੋਂ ਤੋੜੇ ਗਏ ਨੇ ਤਾਂ ਕਿ ਜਿਹੜੀ ਹੈ ਐਗਜ਼ੋਸਟ ਜਿਹੜੀ ਹਵਾ ਅੰਦਰੋਂ ਦੀ ਧੂੰਆਂ ਜਿਹੜਾ ਹੈ ਅੰਦਰੋਂ ਨਿਕਲਦਾ ਹੋਇਆ ਨਜ਼ਰ ਆ ਸਕੇ। ਹਾਲਾਂਕਿ ਦੇਖੋ ਪੂਰਨ ਤੌਰ 'ਤੇ ਫਲੋਰ ਦੇ ਉੱਪਰ ਪਾਣੀ ਜਿਹੜਾ ਉਹ ਹੋ ਚੁੱਕਿਆ ਅਤੇ ਜ਼ਰੂਰ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਜਿਹੜੇ ਨੇ ਉਹ ਪੂਰਨ ਤੌਰ 'ਤੇ ਇਸਦੇ ਕਾਬੂ ਪਾਉਂਦੇ ਹੋਏ ਨਜ਼ਰ ਆ ਰਹੇ ਨੇ। ਕਾਬੂ ਪਾਉਣ ਦੀ ਪੂਰੀ ਤਰ੍ਹਾਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੱਖੇ ਜਿਹੜੇ ਨੇ ਐਗਜ਼ੋਸਟ ਫੈਨ ਜਿਹੜੇ ਉਹ ਲਗਾਏ ਜਾ ਰਹੇ ਨੇ ਅਤੇ ਫਾਇਰ ਦੇ ਕਰਮਚਾਰੀ ਸਾਨੂੰ ਮਿਲਦੇ ਨੇ। ਬਾਈ ਜੀ ਤਾਂ ਜ਼ਰੂਰ ਦੇਖੋ ਤੁਸੀਂ, ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿਉਂਕਿ ਲਗਾਤਾਰ ਜਿਹੜੀ ਉੱਪਰੋਂ ਦੀ ਧੂੰਆਂ ਜਿਹੜਾ ਹਜੇ ਵੀ ਉਸੇ ਤਰ੍ਹਾਂ ਜਿਹੜਾ ਨਿਕਲਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਲਗਾਤਾਰ। ਤਾਂ ਬਾਈ ਜੀ ਅਗਰ ਆਪਾਂ ਅੱਗ ਦੀ ਗੱਲ ਕਰੀਏ ਤਾਂ ਕਦੋਂ ਲੱਗੀ, ਕਿੰਨਾ ਕੁ ਕਾਬੂ ਪਾਇਆ ਗਿਆ? ਸਰ 80% ਅੱਗ 'ਤੇ ਤਾਂ ਕਾਬੂ ਹੈ ਹੁਣ ਤੱਕ, ਬਾਕੀ ਗੱਡੀਆਂ ਆ ਰਹੀਆਂ ਰਿਫਲ ਹੋ ਕੇ ਦੁਬਾਰੇ ਜਾ ਰਹੀਆਂ ਦਫ਼ਤਰ 'ਤੇ ਵਾਪਸ ਆ ਰਹੀਆਂ ਗੱਡੀ। ਕਿੰਨੀਆਂ ਗੱਡੀਆਂ ਹੁਣ ਤੱਕ ਲੱਗ ਚੁੱਕੀਆਂ? ਸਰ ਰਾਤ 24-25 ਗੱਡੀਆਂ ਰਾਤ ਲੱਗ ਗਈਆਂ ਸੀਗੀਆਂ, 12 ਅਤੇ 13ਵੀਂ ਗੱਡੀ ਹੁਣ ਗਈ ਹੈ ਜੀ ਲਗਭਗ। ਹਾਂਜੀ ਹਾਂਜੀ, ਮਤਲਬ ਅਸੀਂ ਗੱਲ, ਹਾਲਾਂਕਿ ਪੂਰਨ ਤੌਰ 'ਤੇ ਗੱਲ ਕੀਤੀ ਤਾਂ ਦੇਖੋ ਧੂੰਆਂ ਹਜੇ ਤੱਕ ਉਸੇ ਤਰ੍ਹਾਂ ਜੇਕਰ ਦੇਖਿਆ ਜਾਵੇ ਤਾਂ ਜਿਵੇਂ ਐਵੇਂ ਲੱਗ ਰਿਹਾ ਕਿ ਹਜੇ ਵੀ ਅੰਦਰ ਅੱਗ ਜਿਹੜੀ ਹੈ ਉਹ ਮੌਜੂਦ ਹੈ, ਅੱਗ ਜਿਹੜੀ ਹੈ ਉਹਦੇ ਉੱਤੇ ਕਾਬੂ ਪਾਉਣਾ ਹਜੇ ਤੱਕ ਪੂਰਨ ਤੌਰ 'ਤੇ ਨਹੀਂ ਹੋ ਪਾਇਆ। ਹਾਲਾਂਕਿ ਜੇਕਰ ਕਰਮਚਾਰੀ ਦੀ ਗੱਲ ਕਰੀਏ ਤਾਂ ਕਰਮਚਾਰੀ ਪੂਰਨ ਤੌਰ 'ਤੇ ਕਾਬੂ ਪਾਉਣ ਦੇ ਵਿੱਚ ਲੱਗੇ ਹੋਏ ਅਤੇ 50 ਦੇ ਕਰੀਬ ਜਿਹੜੀਆਂ ਗੱਡੀਆਂ ਨੇ ਹੁਣ ਤੱਕ ਇੱਥੇ ਪਹੁੰਚ ਚੁੱਕੇ ਨੇ, ਹੋਰ ਵੀ ਗੱਡੀਆਂ ਜਿਹੜੀਆਂ ਨੇ ਰਿਫਿਲ ਹੋ ਕੇ ਨਾਲ ਦੇ ਨਾਲ ਆ ਰਹੀਆਂ ਨੇ ਤਾਂ ਕਿ ਅੱਗ ਦੇ ਉੱਤੇ ਜਲਦ ਤੋਂ ਜਲਦ ਜਿਹੜਾ ਕਾਬੂ ਪਾਇਆ ਜਾ ਸਕੇ। ਮੋਹਾਲੀ ਦਾ ਬੜੇ ਜਰਨਲਿਸਟ ਗੁਰਪ੍ਰੀਤ ਸਿੰਘ ਦੇ ਨਾਲ ਸੰਦੀਪ ਸਿੰਘ, ਅਜੀਤ, ਵੈਬ ਟੀਵੀ।